वेलकम आपके अपने शो स्वैगी स्टार्स पर जहां पर हम करते हैं आपके फेवरेट सितारों से स्वैग और चिल भरी बातें और दिखाते हैं आपको उनकी एक अलग ही साइट तो चलिए करते हैं शुरुआत मेरे यानी कल्याणी वढेरा के साथ तो आज मैं आपको जिनसे रूबरू करवाने जा रही हूं उनकी जिंदगी एक बड़े ही अनोखे ढंग से आगे आई है जैसे कि वो एक मेडिकल के स्टूडेंट्स रह चुके हैं वो एक बाइक स्टंटर रह चुके हैं, वो एक मॉडल रह चुके हैं एक एक्टर रह चुके हैं एक एंकर रह चुके हैं और अब एक सिंगर भी हैं। तो मैं बात कर रही हूँ बिक्रमजीत सिंह रंधावां जी सारे थैंक यू सो लंबी इंट्रोडक्शन देनी बहुत है ਕੀ ਤੁਸੀਂ ਮੈਨੂੰ ਆਪਣੇ ਸ਼ੋਅ ਚ ਪਲਾਇਆ ਜੀ ਜੀ ਤੋ ਸਭ ਤੋਂ ਪਹਿਲੇ ਤੋ ਮੈਂ ਆਪਸੇ ਇਹ ਬਾਤ ਪੁੱਛਣਾ ਚਾਹਾਂਗੀ ਕਿ ਇਹ ਜੋ ਵਿਕਰਮਜੀਤ ਸਿੰਘ ਰੰਧਾਵਾ ਸੇ ਬੀਜੇ ਰੰਧਾਵਾ ਕਿਵੇਂ ਹੋਆ ਇਹ ਐਕਚੁਅਲੀ ਜਦੋਂ ਮੈਂ 2010 ਚ ਐਮਟੀਵੀ ਸਟੰਟ ਮੇਨੀਆ ਚ ਗਿਆ ਸੀ ਰਿਐਲਿਟੀ ਸ਼ੋ ਸੀ ਗਿਆ ਇੱਕ ਉੱਥੇ ਗਿਆ ਸੀ ਉੱਥੇ ਮੇਰਾ ਨਾਮ ਵਿਕਰਮਜੀਤ ਸਿੰਘ ਰੰਧਾਵਾ ਸਕਰੀਨ ਦੇ ਥੱਲੇ ਬਹੁਤ ਵੱਡਾ ਆਉਂਦਾ ਸੀ ਉਹਨਾਂ ਕੋਲ ਛੋਟੀ ਜਿਹੀ ਤਾਂ ਟਾਈਲ ਜੀ ਹੁੰਦੀ ਜੀ ਤੇ ਨਾਮ ਲਿਖਿਆ ਜਾਂਦਾ ਉਹ ਬਹੁਤ ਵੱਡਾ ਸੀ ਫਿਰ ਉੱਥੇ ਰਣਵੀਜੇ ਭਾਈ ਨੇ ਕਿਹਾ ਕਹਿੰਦੇ ਇਹਦਾ ਨਾਮ ਵਿਕਰਮਜੀਤ ਤੋਂ ਬੀਜੇ ਕਰ ਦੋ ਤੋ ਉਦੋਂ ਤੋਂ ਪੈ ਗਿਆ ਫਿਰ ਮੈਂ ਕਹਿੰਦਾ ਚੱਲ ਮਤਲਬ ਇਹ ਸਾਰਾ ਕੀ ਸਾਰਾ ਕ੍ਰੈਡਿਟ ਜਾਂਦਾ ਹੈ ਰਣਵੀਜ ਜੀ ਸਰ ਜੀ ਜੀ ਓਕੇ 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 तो अगर हम बात करें जैसे आपकी जर्नी हाँ, बहुत लंबी रही है आप हाँ, एक मेडिकल के स्टूडेंट तो हम ना इसके बारे में स्टेप बाय स्टेप बात करते हैं सबसे पहले बात करते हैं कि मेडिकल कैसे चूज किया अगर मैं गलत नहीं हूँ तो शायद से आप एक डेंटल के लिए जा जी, रहे थे अच्छा ग्रेजुएट हो आप जी जी, जी. अच्छा तो ये जो आपका ये शौक था ये शौक था या मम्मी पापा की डांट थी ये डांट भी नहीं थी शौक भी नहीं था ये बचपन में पंजाब में ऐसे होता है कि जब आप बचपन में ये सोच लेते हैं घर वाले आपके कि जी साडा मुंडा डॉक्टर बनूंगा सो मेरे पेरेंट्स ने भी ऐसे सोच लिया था कि हमारा लड़का ये डॉक्टर बनेगा तो सबसे पहले अपनी ख्वाहिशें पूरी करने से पहले अपने घर वालों की ख्वाहिशें पूरी करनी बहुत जरूरी होती है तो पहले मैंने उनकी पूरी की ਫਿਰ ਉਸ ਤੋਂ ਬਾਅਦ ਫਿਰ ਮੈਂ ਕਹਾਂ ਚਲੋ ਹੁਣ ਮੈਂ ਆਪਦੀ ਗੱਲ ਕਰਦਾ ਲੇਕਿਨ ਇਹ ਬਾਤ ਤਾਂ ਹੈ ਕਿ ਆਪਕੇ ਪੇਰੈਂਟਸ ਕੋ ਆਪਨੇ ਟੈਲੈਂਟ ਪੂਰਾ ਦਿਖਾ ਕਿਉਂਕਿ ਅਗਰ ਆਪ ਇੰਟੈਲੀਜੈਂਟ ਨਾ ਹੁੰਦੇ ਤਾਂ ਆਪ ਮੇਰੇ ਖਿਆਲ ਸੇ ਇੱਕ ਗ੍ਰੈਜੂਏਟ ਬਿਨਾ ਹੋ ਪਾਤੇ ਨਾ ਅੱਜ ਅੱਜਕੱਲ ਇਹ ਅੱਜਕੱਲ ਇਦਾਂ ਐਡਾ ਔਖਾ ਨਹੀਂ ਹੈ ਪੜ੍ਹਾਈ ਨੂੰ ਮਤਲਬ ਉਹਦਾ ਆਪਣੀ ਲਾਈਫ ਡੇਲੀ ਲਾਈਫ ਨੂੰ ਸਰਵਾਈਵ ਕਰਨ ਲਈ ਹਰ ਕੰਮ ਔਖਾ ਹੁੰਦਾ ਜੇ ਤੁਸੀਂ ਉਹਨੂੰ ਔਖਾ ਮੰਨ ਕੇ ਚੱਲਦੇ ਆਂ ਸੋ ਪੜ੍ਹਾਈ ਇੰਨੀ ਔਖੀ ਨਹੀਂ ਹੈ ਜੇ ਜੇ ਤੁਸੀਂ ਕੰਪੇਅਰ ਕਰੋ ਦੁਨੀਆ ਦੇ ਬਾਕੀ ਕੰਮਾਂ ਨਾਲੋਂ ਸੋ ਇਹਨਾਂ ਔਖਾ ਨਹੀਂ ਸੀ ਮੈਨੂੰ ਲੱਗਦਾ ਪੜ੍ਹਨਾ ਜਿੰਨਾ ਕੰਮ ਹੋਣਾ ਹੈ ਅੱਛਾ 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 ਵਾਓ ਮਤਲਬ ਜੋ ਜੋ ਅਬ ਨਹੀਂ ਪੜ੍ਹਦੇ ਨਾ ਉਹ ਪੜ੍ਹਨਾ ਸਟਾਰਟ ਕਰ ਦੇ ਅਹ ਪੜ੍ਹਨਾ ਬਹੁਤ ਜ਼ਰੂਰੀ ਹੈ ਅੱਛਾ ਤਾਂ ਅਗਰ ਅ ਸੈਕਿੰਡ ਸਟੈਪ ਪਰ ਆਤੇ ਹੈ ਸੈਕਿੰਡਲੀ ਆਪ ਗਏ ਐਮਟੀਵੀ ਜੀ ਹਾਂ ਜੀ ਤਾਂ ਵਹਾਂ ਕਾ ਕੀ ਆਪਕਾ ਐਕਸਪੀਰੀਅੰਸ ਰਹਾ ਮੇਰੇ ਮੈਨੇ ਸੁਨੇ ਕਿ ਆਪ ਮੇਰੇ ਖਿਆਲ ਸੇ ਪਹਿਲੇ ਵੀ ਕਰਤੇ ਥੇ ਹੈਨਾ ਜੀ 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 ਉਹ ਉਹ ਮੇਰਾ ਬਹੁਤ ਮੇਰਾ ਅਜ ਤੱਕ ਦਾ ਬੈਸਟ ਐਕਸਪੀਰੀਅੰਸ ਰਹਾ ਤੁਸੀਂ ਤੁਸੀਂ ਜਦੋਂ ਇੱਕ ਛੋਟੇ ਜਿਹੇ ਸ਼ਹਿਰ ਤੋਂ ਮੈਂ ਕਪੂਰਥਲੇ ਤੋਂ ਬਿਲੋਂਗ ਕਰਦਾ ਇੱਕ ਛੋਟ ਤੁਸੀਂ ਉਹਨਾਂ ਲੋਕਾਂ ਚ ਜਾਨਦੇ ਹੋ ਜੋ ਬਹੁਤ ਵੱਡੇ ਵੱਡੇ ਘਰਾਂ ਤੋਂ ਬਿਲੋਂਗ ਕਰਦੇ ਆ ਬਹੁਤ ਵੱਡੀ ਸਿਟੀਜ਼ ਤੋਂ ਜਿਦਾਂ ਬੋਪਾਲ ਤੋਂ ਅਸੀਂ ਦਿੱਲੀ ਤੋਂ ਅਸੀਂ ਬੰਬਈ ਲਈ ਮੈਂ ਕਪੂਰਥਲੇ ਤੋਂ ਇੱਕ ਛੋਟਾ ਜਿਹਾ ਸ਼ਹਿਰ ਆ ਪੰਜਾਬ ਚ ਮੈਨੂੰ ਇਹ ਲੱਗਦਾ ਸੀ ਕਿ ਯਾਰ ਇਹ ਤਾਂ ਦਿੱਲੀ ਤੋਂ ਆਇਆ ਬੰਦਾ ਹਨਾ ਯਾਰ ਆ ਤਾਂ ਬੰਬਈ ਤੋਂ ਆਇਆ ਆ ਤਾਂ ਬੋਪਾਲ ਤੋਂ ਆਇਆ ਸੋ ਮੇਰੇ ਲਈ ਬਹੁਤ ਵਧੀਆ ਤੇ ਵਧੀਆ ਇਥੇ ਸਿੱਖਣਾ ਲ ਐਕਸਪੀਰੀਅੰਸ ਹੈ ਉਹ ਤੇ ਉੱਥੇ ਜੋ ਅੱਜ ਤੱਕ ਮੈਂ ਫੀਲ ਕੀਤਾ ਮੈਂ ਦੁਬਾਰਾ ਕਦੀ ਨਹੀਂ ਫੀਲ ਕਰ ਪਾਇਆ ਕੋਈ ਚੀਜ਼ ਮੈਂ ਪਹਿਲਾਂ ਹੀ ਕਰਦਾ ਸੀ ਤੇ ਉਦੋਂ ਕਰਦੇ ਰੋਕਦੇ ਸੀ ਸਟੰਟਿੰਗ ਸਟੰਟ ਰਾਈਡਿੰਗ ਨਹੀਂ ਕਰਨੀ ਚਾਹੀਦੀ ਉਹ ਮੈਂ ਪਹਿਲਾਂ ਵੀ ਕਰਦਾ ਸੀ ਜੇ ਤੁਹਾਨੂੰ ਕੋਈ ਵਧੀਆ ਟਿਊਟਰ ਨਹੀਂ ਹੈਗਾ ਤੁਹਾਡੇ ਕੋਲ ਵਧੀਆ ਟੀਚਰ ਨਹੀਂ ਹੈਗਾ ਵਿਦਆਊਟ ਟੀਚਿੰਗ ਕਿਉਂਕਿ ਦੇਖਣ ਨੂੰ ਬਹੁਤ ਡੇਂਜਰਸ ਲੱਗਦੀ ਆ ਪਰ ਐਕਚੁਅਲ ਜੀ ਉਹ ਇੱਕ ਟੈਕਨੀਕ ਆ ਤੇ ਉਹ ਜਦੋਂ ਮੈਂ ਪਹਿਲਾਂ ਕਰਦਾ ਸੀ ਉਹ ਤਾਂ ਅਚਾਨਕ ਇੱਕ ਦਿਨ ਟੀਵੀ ਤੇ ਐਡ ਦੇਖਿਆ ਕਿ ਇਦਾਂ ਦਾ ਰਿਐਲਿਟੀ ਸ਼ੋਅ ਆ ਰਿਹਾ ਕੋਈ ਫਿਰ ਮੈਂ ਉਦੋਂ ਆਡੀਸ਼ਨ ਦਿੱਤਾ ਮੈਂ ਉਹ ਚ ਸੈਲੈਕਟ ਹੋ ਗਿਆ ਅੱਛਾ ਆਡੀਸ਼ਨ ਦੇਣੇ ਕਿ ਲਈਗਾ ਤਾਂ ਮੰਮਾ ਪਾਪਾ ਕੋ ਪਤਾ ਥਾ ਨਹੀਂ ਹਾਂ ਇਹ ਸਭ ਤੋਂ ਵਧੀਆ ਗੱਲ ਆ ਮੈਂ ਜਦੋਂ ਆਡੀਸ਼ਨ ਦੇਣ ਗਿਆ ਤੇ ਆਡੀਸ਼ਨ ਮ ਚੰਡੀਗੜ੍ਹ ਨਿਊਡੀਸ਼ਨ ਦਿੱਤੇ ਕਿਉਂਕਿ ਮੇਰਾ ਐਗਜ਼ਾਮ ਸੀਗਾ ਜਦੋਂ ਚੰਡੀਗੜ੍ਹ ਸੀ ਛੁੱਟ ਕੇ ਬੋਲ ਕੇ ਗਏ ਤੇ ਨਹੀਂ ਮੇਰੇ ਮਮ ਡੈਡ ਨਾ ਮੇਰੇ ਘਰੇ ਕਦੀ ਕੰਪਲੇਂਟਸ ਨਹੀਂ ਆਈਆਂ ਇਹਨੀਆਂ ਤੋਂ ਮੇਰੇ ਤੇ ٹرسٹ ਬਹੁਤ ਕਰਦੇ ਸੀ ਕੀ ਸਾਡਾ ਮੁੰਡਾ ਜੀ ਠੀਕ ਹੈ ਮੈਸੇਡੀ ਡੈਂਟਲ ਹੈ ਨਾ ਹਾਂ ਫਿਰ ਜਿਹੜਾ ਬੰਦਾ ਡਾਕਟਰੀ ਕਰਦਾ ਉਹਨਾਂ ਨੂੰ ਕੀ ਪਤਾ ਤੇ ਮੈਨੂੰ ਵੀ ਨਹੀਂ ਪਤਾ ਸੀ ਸ਼ਿਲੋਂਗ ਇੰਨੀ ਦੂਰ ਹੈ ਕਿ ਉਹ ਲੱਗ ਜਾਣਾ ਇੰਨਾ ਟਾਈਮ ਲੱਗ ਜੂਗਾ ਜਾਣ ਲਈ ਤੇ ਮੇਰੇ ਇੱਕ ਦੋਸਤ ਨੇ ਟਿਕਟ ਕਰਾਤੀ ਮੈਂ ਚਲਾ ਗਿਆ ਬਹੁਤ ਦੂਰ ਸੀ ਤੇ ਮੈਂ ਪੇਰੈਂਟਸ ਨੂੰ ਬਾਅਦ ਚ ਆ ਕੇ ਦੱਸਿਆ ਕਿ ਮੈਂ ਸ਼ਿਲੋਂਗ ਗਿਆ ਸੀ ਜਦੋਂ ਉੱਥੇ ਫੋਨ ਨਹੀਂ ਮਿਲਿਆ ਉੱਥੇ ਫੋਨ ਨਹੀਂ ਚੱਲਦਾ ਇੱਥੇ ਵਾਲੇ ਉਹ ਫੋਨ ਮਿਲਿਆ ਨਹੀਂ ਫਿਰ ਮੈਂ ਉਹਨਾਂ ਨੂੰ ਆ ਕੇ ਦੱਸਿਆ ਕਿ ਮੈਂ ਸ਼ਿਲੋਂਗ ਗਿਆ ਸੀ ਤੇ ਉਹ ਵੀ ਮੇਰੇ ਪੇਰੈਂਟਸ ਐਨੇ ਭੋਲੇ ਆ ਮੈਨੂੰ ਵੀ ਨਹੀਂ ਪਤਾ ਸੀ ਜੇ ਮੈਂ ਕਰਿਆ ਹੁੰਦਾ ਉਹ ਕਹਿੰਦੇ ਅੱਛ <laughs> अच्छा तो ये जो स्टंट्स है अभी भी जारी है मतलब नहीं अभी नहीं जारी अभी मैंने प्रैक्टिस नहीं करता क्योंकि ये ये सब चीजों के लिए आपको प्रैक्टिस करनी बहुत इंपॉर्टेंट है तो अभी तो ये सिंगिंग में बहुत बिजी हूं अभी करता नहीं प्रैक्टिस बिल्कुल बिल्कुल तो जैसे टीवी पे आने का जो शौक आया ये स्टंट मैनिया से ही आया कि अब टीवी पे एक बार छा गया तो अब छाए रहना नहीं ऐसा नहीं था मैं पहला इस तो पहला मार्शल आर्ट्स करता थी कराटे अच्छा हां तो उदो भी मैं टीवी पे उदो भी वो मार्शल आर्ट्स ना साडे लोकल टीवी केबल पे टीवी आंदा था सी ਸੈਟਰਡੇ ਹਰ ਸ਼ਨੀਵਾਰ ਫਿਲਮ ਹੁੰਦੀ ਉਹਦੇ ਤੇ ਤੇ ਉਹ ਸਾਡਾ ਟੂਰਨਾਮੈਂਟ ਹੁੰਦਾ ਸੀ ਉਹ ਸਾਨੂੰ ਉੱਥੇ ਦਿਖਾਉਂਦੇ ਹੁੰਦੇ ਸੀ ਸੋ ਉਸ ਤੋਂ ਬਾਅਦ ਮੈਂ ਮੈਂ ਕਦੀ ਪਲਾਨ ਨਹੀਂ ਕੀਤਾ ਮੈਂ ਟੀਵੀ ਤੇ ਆਉਣਾ ਇਟਸ ਆਲ ਮਤਲਬ ਇਹ ਸਾਰਾ ਕੁਝ ਬੱਬਾਈ ਵੱਲੋਂ ਹੁੰਦਾ ਡੈਸਟੀਨੀ ਡੈਸਟੀਨੀ ਆਈ ਆਈ ਕੈਨ ਸੇ ਆਮ ਬlesਟ ਕਿ ਮੈਂ ਮੈਨੂੰ ਇਦਾਂ ਪਤਾ ਲੱਗਾ ਕਿ ਮੈਂ ਟੀਵੀ ਤੇ ਆਉਣਾ ਫਿਰ ਸਾਰੇ ਕੰਮ ਇਦਾਂ ਦੇ ਸੀ ਮੈਂ ਆਪਣੀ ਸਾਰੀ ਲਾਈਫ ਪਿਛਲੀ ਦੇਖਾਂ ਤਾਂ ਸਾਰੇ ਕੰਮ ਇਦਾਂ ਦੇ ਸੀ ਜਿਹੜੇ ਟੀਵੀ ਤੇ ਆਉਣ ਵਾਲੇ ਸੀ ਸੋ ਆਪਣੇ ਆਪ ਸਾਰਾ ਕੁਝ ਪਲਾਨਡ ਸੀ ਜੀ ਉਸਕੇ ਬਾਅਦ ਅਗਰ ਹਮ ਬੜੇ ਥਰਡ ਸਟੈਪ ਤੇ ਜੋ ਆਪਕੀ ਆਤੀ ਹੈ ਮੋਡ ਇਨਸਪੈਕਟਰ ਸਾਹਿਬ ਇੱਕ ਹੀ ਡਾਇਲੋਗ ਹੈ ਇੱਕ ਹੀ ਡਾਇਲੋਗ ਹੈ ਮੈਂ ਇਹ ਮੇਰਾ ਇਹ ਜੇ ਮੈਂ ਤੁਸੀਂ ਗੱਲ ਕਰੋਗੇ ਮਾਰਸ਼ਲ ਅਰਸ਼ ਦੀ ਤਾਂ ਉਹਦੇ ਵਿੱਚ ਮੈਂ ਵਧੀਆ ਇੱਕ ਇੱਕ ਲਾਈਫ ਦੇ ਵਿੱਚ ਕੁਝ ਆਨ ਕਰਕੇ ਉਸ ਚੀਜ਼ ਨੂੰ ਅੱਗੇ ਵਧਾਇਆ ਸੀ ਫਿਰ ਸੇਮ ਸਟੰਡਿੰਗਸ ਵੀ ਇੱਕ ਚੀਜ਼ ਆਨ ਕੀਤੀ ਸੀ ਇੱਕ ਮਾਡਲਿੰਗ ਤੇ ਐਕਟਿੰਗ ਇੱਕ ਐਸੀ ਚੀਜ਼ ਆ ਜੁ ਵਿੱਚ ਮੈਨੂੰ ਬਹੁਤ ਸਟਰਗਲ ਕਰਨਾ ਪਿਆ ਸੀ 4 ਸਾਲ ਅਰਾਊਂਡ ਤੇ ਮੈਨੂੰ 4 ਸਾਲਾਂ ਵਿੱਚ ਸਿਰਫ ਇੱਕ ਹੀ ਡਾਇਲੋਗ ਮਿਲਿਆ ਸੀ ਕਿ ਇਨਸਪੈਕਟਰ ਸਾਹਿਬ ਇਹ ਕੌਣ ਸਾਲ ਦੀ ਬਾਤ ਹੈ ਇਹ 2013 ਦੀ ਗੱਲ ਹੈ ਅੱਛਾ ਬੁਰਾ ਫਿਲਮ ਦੇ ਵਿੱਚ ਮੈਨੂੰ ਛੋਟਾ ਜਿਹਾ ਰੋਲ ਮਿਲਿਆ ਸੀ ਤੇ ਉਹਦੇ ਵਿੱਚ ਇੱਕ ਡਾਇਲੋਗ ਸੀ ਵਾਲਾ ਇੰਸਪੈਕਟਰ ਸਾਹਿਬ ਇਹ ਖੁੰਮ ਤਾਂ ਮੈਂ ਕੀਤਾ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਮਤਲਬ ਇਹ ਸਭ ਤੋਂ ਟਫ ਟਾਈਮ ਸੀ ਮੋਡਲਿੰਗ ਤੇ ਐਕਟਿੰਗ ਚੱਲ ਰਿਹਾ ਅੱਛਾ ਜਿਵੇਂ ਇਹ ਆਪ ਖੁਦ ਕਹਿ ਰਹੇ ہیں ਕਿ ਇਹ ਆਪਕਾ ਜੋ ਟਾਈਮ ਤਾਂ ਬੜਾ ਸਟਰਗਲਿੰਗ ਪੀਰੀਅਡ ਥਾ ਜੀ ਤਾਂ ਇਸ ਕੇ ਅੰਦਰ ਆਪਕੋ ਇੱਕ ਜੋ ਹੋਪ ਹੁੰਦੀ ਹੈ ਨਾ ਕਿ اٹਕੇ ਰਹਿਣਾ ਹੈ ਔਰ ਕਰਕੇ ਜਾਣਾ ਹੈ ਯਹਾਂ ਸੇ ਐਸੇ ਤਾਂ ਨਿਕਲਣਾ ਹੀ ਨਹੀਂ ਹੈ ਇਹ ਹੋਪ ਕहां से ਮਿਲੀ ਇਹ ਹੋਪ ਮੈਨੂੰ ਮਿਲੀ ਸੀਗੀ ਮੇਰੇ ਜਿਹਨਾਂ ਇੱਕ ਉਹਦੇ ਉਹਨੂੰ ਉਹਦੇ ਅੰਦਰ ਇੱਕ ਚੀਜ਼ ਪਤਾ ਹੁੰਦੀ ਕਿਉਂਕਿ ਜਦੋਂ ਤੁਸੀਂ ਇੰਪਰੂਵ ਕਰਨਾ ਹੁੰਦਾ ਕਿਸੇ ਵੀ ਜਿੰਨੇ ਵੀ ਸਪੋਰਟਸਮੈਨ ਉਹ ਸਾਰੇ ਇਸ ਚੀਜ਼ ਨੂੰ ਪਛਾਣਦੇ ਹੋਣਗੇ ਜਦੋਂ ਤੁਸੀਂ ਨਵੇਂ-ਨਵੇਂ ਗਰਾਊਂਡ ਤੇ ਆਉਂਦੇ ਆ ਤਾਂ ਤੁਸੀਂ ਕਦੀ ਵੀ ਜਿਹੜਾ ਬਹੁਤ ਘੈਂਟ ਖੇਡਦਾ ਤੁਸੀਂ ਉਹਨਰ ਨਾਲ ਆਪਣੇ ਆਪ ਨੂੰ ਕੰਪੇਅਰ ਨਹੀਂ ਕਰ ਸਕਦੇ ਤੁਸੀਂ ਆਪਣੇ ਆਪ ਨੂੰ ਆਪਣੇ ਨਾਲ ਹੀ ਕੰਪੇਅਰ ਕਰ ਸਕਦੇ ਹੋ ਐਂ ਡੇ ਬਾਈ ਡੇ ਤੁਸੀਂ ਇੰਪਰੂਵ ਕਰਦੇ ਆ ਸੋ ਮੈਂ ਪਹਿਲਾਂ ਜੋ ਮਾਰਸ਼ਲ ਆਰਟਸ ਕਰਦਾ ਸੀ ਉਦੋਂ ਵੀ ਇਦਾਂ ਹੀ ਹੌਲੀ ਹੌਲੀ ਇੰਪਰੂਵ ਹੁੰਦਾ ਸੀ ਫਿਰ ਜਦੋਂ ਸਟੰਡ ਕਰਦੇ ਹੋਂ ਤੁਹਾਡੇ ਚ ਬਹੁਤ ਸਾਰੀ ਪੇਸ਼ੈਂਸ ਚਾਹੀਦੀ ਸੋ ਇਹ ਚੀਜ਼ਾਂ ਉੱਥੋਂ ਸਿੱਖੀਆਂ ਸੀ ਕਿ ਤੁਸੀਂ ਫਸਟ ਡੇ ਜਾਗੇ ਤੁਸੀਂ ਐ ਨਹੀਂ ਕਹਿ ਸਕਦੇ ਕਿ ਮੈਂ ਜਾਣਦਾ ਹਾਂ ਅਮਿਤਾਬਚਨ ਬਣ ਜੂਗਾ ਐ ਨਹੀਂ ਹੋਣਾ ਅਮਿਤਾਬਚਨ ਜੀ ਨੂੰ ਇੱਥੇ ਤੱਕ ਪਹੁੰਚਣ ਲਈ ਕਿੰਨੇ ਸਾਲ ਲੱਗੇ ਨੇ ਸੋ ਇਹ ਤੁਹਾਡੇ ਅੰਦਰ ਸੀ ਹੌਲੀ ਹੌਲੀ ਕਰਕੇ ਮਤਲਬ ਆਪਣੇ ਆਪ ਹੁੰਦਾ ਗਿਆ ਜਿਨੋ ਨੇ ਆਪਕੋ ਮਨਾ ਕਿ ਉਸਕੇ ਬਾਦ ਆਪਨੇ ਉਹੀ ਲੋਗੋ ਦਾ ਇੰਟਰਵਿਊ ਕੀਆ ਹਾਂ ਇਹ ਵੀ ਇਹ ਵੀ ਬਹੁਤ ਵੱਡੀ ਗੱਲ ਸੀ ਜਿਨਾਂ ਨੇ ਮੈਨੂੰ ਸਭ ਤੋਂ ਡਾਇਰੈਕਟਰਸ ਨੇ ਮੈਂ ਦੱਸਣਾ ਨਹੀਂ ਕੌਣ ਡਾਇਰੈਕਟਰਸ ਨੇ ਉਹਨਾਂ ਨੇ ਮੈਨੂੰ ਸਾਰਾ ਦਿਨ ਬੁਲਾ ਕੇ ਖੜਾ ਰੱਖਿਆ ਉੱਥੇ ਕਿ ਅਸੀਂ ਕਰਾਂਗੇ ਕਰਾਂਗੇ ਫਿਰ ਸ਼ਾਮ ਨੂੰ ਮੈਨੂੰ ਮੈਨੂੰ ਉਹਨਾਂ ਨੇ ਬੁਲਾਇਆ ਮੈਨੂੰ ਕਹਿੰਦੇ ਸੀ ਤੈਨੂੰ ਕਿਸ ਕੰਮ ਲਈ ਬੁਲਾਇਆ ਸੀ ਮੈਂ ਕਿ ਜਿਹੜਾ ਤੁਸੀਂ ਸ਼ੂਟ ਕਰ ਰਹੇ ਹੋ ਨਾ ਇਸ ਗਾਣੇ ਦੇ ਵਿੱਚ ਤੁਸੀਂ ਮੈਨੂੰ ਲੈਣਾ ਸੀ ਦੇ ਵਰ ਲਾਈਕ ਕਿ ਅੱਛਾ ਸਾਨੂੰ ਤਾਂ ਯਾਰ ਭੁੱਲ ਗਿਆ ਕਿ ਅਸੀਂ ਤੈਨੂੰ ਇਸ ਕੰਮ ਲਈ ਬੁਲਾਇਆ ਸੀ ਮੈਂ ਕਹੀ ਚਲੋ ਠੀਕ ਹੈ ਕੋਈ ਗੱਲ ਨਹੀਂ ਮੈਂ ਵਾਸਤੇ ਆਇਆ ਸੀ ਅਸੀਂ ਮੈਂ ਬਹੁਤ ਦੂਰੋਂ ਆਇਆ ਸੀ ਫਿਰ ਜਦੋਂ ਮੇਰਾ ਆਪਣਾ ਸ਼ੋਅ ਸ਼ੁਰੂ ਹੈ ਤੇ ਮੇਰਾ ਪਹਿਲਾ ਐਪੀਸੋਡ ਸੀ ਜਿਹੜਾ ਇੰਟਰਵਿਊ ਦਾ ਜਿਹੜਾ ਪਹਿਲਾ ਐਪੀਸੋਡ ਸੀ ਉਹ ਡਾਇਰੈਕਟਰ ਨਾਲ ਸੀ ਸੀ ਅੱਛਾ ਤਾਂ ਜੋ ਐਂਕਰਿੰਗ ਰਹੀ ਆਪਨੇ ਕਿੰਨੇ ਸਾਲ ਤੱਕ ਕੀਤੀ 3 ਸਾਲ 3 ਸਾਲ ਤੱਕ ਯਾਰ ਉਸਮੇ ਕਿੰਨੇ ਇੰਟਰਵਿਊਸ ਕੀਏ ਉਸਮੇ ਕੀਏ ਮੈਨੇ 469 469 ਜੀ ਔਰ ਪੋਲੀਵੁੱਡ ਬਾਲੀਵੁੱਡ ਐਂਡ

और इस कुर्सी पे बैठना बहुत बहुत डिफरेंस है उसमें ज़मीन का उसपे जो बैठा है उसको उसको टेंशन है मैंने अगला क्या पूछना है इसको टेंशन है कि मैं कुछ गलत ना बोल सो so, दोनों का काम ऐसे चलता रहता है सो so, ऐसा कभी नहीं, नहीं। अच्छा ये जो सिंगिंग था ये बचपन से आपने सोचा था कि सिंगिंग करनी है ਨਹੀਂ ਇਹ 8th ਕਲਾਸ ਮੈਂ ਇਹ ਮੈਨੇ ਮੈਂ ਨਾ ਕਦੀ ਇਹਦਾ ਸੋਚਿਆ ਨਹੀਂ ਸੀਗਾ ਮੈਂ ਕੁਝ ਵੀ ਨਹੀਂ ਪਲਾਨ ਕੀਤਾ ਸਿਰਫ ਇੱਕ ਡਾਕਟਰੀ ਪਲਾਨ ਸੀ ਹੋਰ ਕੁਝ ਨਹੀਂ ਪਲਾਨ ਸੀ ਕਿ ਮੈਂ ਡਾਕਟਰ ਬੰਨਾ ਇਹ ਪਲਾਨ ਸੀ ਇਹ ਕਿਉਂਕਿ ਪੇਰੈਂਟਸ ਚਾਹੁੰਦੇ ਸੀ ਉਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਿਆ ਮੈਂ ਬਚਪਨ ਚ ਹੁਣ ਮਾਰਸ਼ਲ ਆਰਟਸ ਮੈਂ ਪਲਾਨ ਥੋੜੀ ਕੀਤੀ ਸੀਗੇ ਕਿ ਅੱਗੇ ਮੈਂ ਕਿਸੇ ਗਾਣੇ ਚ ਜਾਂ ਫਿਲਮ ਚ ਮਾਰਸ਼ਲ ਆਰਟਸ ਕਰੂੰਗਾ ਨਹੀਂ ਪਲਾਨ ਹੀ ਪਲਾਨ ਨਹੀਂ ਕੀਤੇ ਮੈਂ ਸਿੱਖੇ ਸੀ ਮੈਂ ਸਟੰਟਸ ਕੀਤੇ ਪਲਾਨ ਨਹੀਂ ਕੀਤੇ ਸੀ ਇਹ ਮੈਂ ਸਿੱਖੇ ਸੀ ਮੈਂ ਆਪਣੇ ਲਈ ਸਿੱਖੇ ਸੀ ਸੇਮ ਸਿੰਗਿੰਗ 8th ਕਲਾਸ ਦੇ ਸਾਡਾ ਐਨੂਅਲ ਫੰਕਸ਼ਨ ਸੀ ਐਨੂਅਲ ਫੰਕਸ਼ਨ ਦੇ ਵਿੱਚ ਜ ਜਿਹੜਾ ਸ਼ਰਾਰਤੀ ਹੁੰਦਾ ਉਹ ਸਾਰਿਆਂ ਦੀ ਨਜ਼ਰਾਂ ਚ ਰੜਕਦਾ ਰਹਿੰਦਾ ਹਨਾ ਸੋ ਉਹ ਬੱਚੇ ਜਿਹਨੇ ਗਾਉਣਾ ਸੀ ਉਹ ਆਇਆ ਨਹੀਂ ਸੀ ਤੇ ਮੈਮ ਕਹਿੰਦੇ ਕਿ ਚਲੋ ਵਿਕਰਮ ਨੂੰ ਕਹਿ ਦੋ ਇਹ ਗਾ ਦੂਗਾ ਮੈਂ ਕਹਾਂ ਜੀ ਮੈਂ ਗਾ ਦੂਗਾ ਮੈਨੂੰ ਤਾਂ ਗਾਣਾ ਵੀ ਨਹੀਂ ਆਉਂਦਾ ਕਿਹੜਾ ਤੁਸੀਂ ਗਾਣਾ ਗਵਾਉਣਾ ਤਾਂ ਕਹਿੰਦੇ ਨਹੀਂ ਨਹੀਂ ਤੁਸੀਂ ਗਾਓ ਮੈਂ ਗਾ ਹੀ ਠੀਕ ਹੈ ਕਿ ਅਸੀਂ ਮੈਂ ਗਾ ਦਿੰਦਾ ਕੋਈ ਚੱਕਰ ਨਹੀਂ ਤੁਜੋ ਸਿੰਗਿੰਗ ਦਾ ਜਿਵੇਂ ਇੱਕ ਤਾਂ ਸ਼ੁਰੂਆਤ ਹੋਗੀ ਕਿ ਹੈਨਾ ਸਟੇਜ ਸੇ ਸ਼ੁਰੂਆਤ ਹੋਗੀ ਲੇਕਿਨ ਇੱਕ ਹੋਤੇ ਆਪਕੇ ਗੁਰੂ ਹੋਤੇ ਆ ਜਿਨਸੇ ਆਪਨੇ ਸਿੱਖਾ ਹੋਤੇ ਨੇ ਉਹ ਕੌਣ ਹੈ ਜੀ ਮੇਰੇ ਹੀਰਾ ਜੀ ਉਸਤਾਜ ਹੀਰਾ ਜੀ ਨੇ ਜੇ ਨਾ ਤੁਮੈਂ ਸਿੱਖਦਾ 2015 ਤੋਂ ਮੈਂ ਸ਼ੁਰੂ ਕੀਤਾ ਸੀ ਉਹਨਾਂ ਤੋਂ ਸਿੱਖਣਾ ਤੇ ਉਹਨਾਂ ਤੋਂ ਹੀ ਸਿੱਖਦਾ ਆ ਰਿਆਂ ਸਿੱਖੀ ਜਾ ਰਿਆਂ ਇਹ ਬਹੁਤ ਵੱਡਾ ਹੈ ਬਹੁਤ ਵਾਸਟ ਆ ਬਹੁਤ ਡੂੰਗੀ ਚੀਜ਼ ਹੈ ਅੱਛਾ ਫਰਸਟ Song ਜਦ ਰਿਲੀਜ਼ ਕੀਆ ਉਸ ਸੇ ਪਹਿਲੇ ਕਿਤਨੀ ਕਿਤਨੀ ਪ੍ਰੈਕਟਿਸ ਕੀ ਇਹ ਨਾ ਤਾਂ ਇਹ ਥੋੜੇ ਤੇ ਬਹੁਤ ਡਿਪੈਂਡ ਤੁਸੀਂ ਇਹ ਸਿੱਖ ਨਹੀਂ ਸਕਦੇ ਸਾਰੀ ਉਮਰ ਕਿ ਮੈਂ ਪਰਫੈਕਟ ਆ ਜੇ ਰੱਬ ਦੀ ਮਿਹਰ ਆ ਤੇ ਬਹੁਤ ਘੈਂਟ ਘੈਂਟ ਸਿੰਗਰ ਵੀ ਸਟੇਜ ਦੇ ਉੱਤੇ ਇਧਰ ਉਧਰ ਹੋ ਜਾਂਦੇ ਨੇ ਤੇ ਜੇ ਰੱਬ ਦੀ ਮਿਹਰ ਨਹੀਂ ਆ ਤਾਂ ਤੁਸੀਂ ਜੋ ਮਰਜ਼ੀ ਕਰੀ ਜਾਓ ਤੁਸੀਂ ਕਦੀ ਕਾਮਯਾਬ ਨਹੀਂ ਹੁੰਦੇ ਸੋ ਮੈਂ ਮੈਂ ਇਹਦਾ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦਾ ਫਰਸਟ Song ਤੋਂ ਪਹਿਲਾਂ 2 ਸਾਲ ਹੋ ਗਏ ਸੀ ਸਿੱਖਦੇ ਨੂੰ ਉਦੋਂ ਆਪਾਂ ਰਿਲੀਜ਼ ਕੀਤਾ ਫਿਰ ਇੱਕ ਤੋਂ ਬਾਅਦ ਦੂਜੇ ਗਾਣੇ ਮੈਨੂੰ ਐ ਲੱਗੇ ਯਾਰ ਅਜੇ ਬਹੁਤ ਕਮੀ ਆ ਹਜੇ ਆਪਾਂ ਨੂੰ ਬਹੁਤ ਇੰਪਰੂਵ ਕਰਨ ਦੀ ਲੋੜ ਆ ਫਿਰ ਇੱਕ ਤੋਂ ਦੂਜੇ ਗਾਣੇ ਦੇ ਵਿੱਚ 1 ਸਾਲ ਦਾ ਗੈਪ ਆਇਆ ਸੀ ਉਹ ਦੂਜਾ ਗਾਣਾ ਪ੍ਰਪੇਅਰ ਕਰਨ ਲਈ ਫਿਰ ਉਸ ਵਕਤ 3 ਮਹੀਨੇ ਦਾ ਗੈਪ ਆਇਆ ਸੀ ਫਿਰ ਤਿੰਨ ਤਿੰਨ ਮਹੀਨੇ ਦਾ ਹੁਣ ਵੀ ਤਿੰਨ ਮਹੀ

अच्छा कपड़े assi brand de pa lende ha par dil saada pe acha ye matlab live se related hai ha wo gana mera pehla gana meri life se related tha acha kisne likha ye deep isa ne likha tha to unko unko aapne suggest kiya ki aise lyric wo 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 hamare sath kaam karte the us waqt wo script likhte hunde si sade office te unna nu unna nu dekha unna ne mainu loki mainu keh dende si kende tenu dekh ke taen lagda hai ki tu punjabi nahi bolda par jo tu bolda hai tu punjabi bolda hai ਸੋ ਉਹ ਉਹਨੂੰ ਅਲਾਦ ਸੀ ਕਿ ਮੈਂ ਪੰਜਾਬ ਤੋਂ ਨਹੀਂ ਐ ਪਰ ਫਿਰ ਜਦੋਂ ਮੈਂ ਬੋਲਦਾ ਸੀ ਕਈ ਵਾਰੀ ਪਹਿਰ ਆਵੇ ਤਾਂ ਜੱਜ ਕਰ ਲੈਂਦੇ ਨਾ ਆਪਾਂ ਕਿਸੇ ਨੂੰ ਸੋ ਇਦਾਂ ਸੀ ਫਿਰ ਉਹ ਕਹਿੰਦਾ ਪਾਜੀ ਹਾਂ ਕਿ ਕਿਸੇ ਨੇ ਇੱਕ ਅੰਟੀ ਨੇ ਕਿਹਾ ਸੀ ਇੱਕ ਪਿੰਡ 'ਚ ਯਰ ਕਹਿੰਦੇ ਪੁੱਤ ਤੂੰ ਤਾਂ ਬੜਾ ਠੇਠ ਹੈ ਉਹ ਫਿਰ ਮੈਨੂੰ ਕਹਿੰਦੇ ਕਿ ਪਾਜੀ ਆਪਾਂ ਗਾਣਾ ਲਿਖਾਂਗੇ ਠੇਠ ਘਬਰੂ ਅੱਛਾ ਅੱਛਾ ਜੋ ਲੇਟੈਸਟ ਸੰਗਸ ਆਇਆ ਬਾਈ ਗਾਡ ਹੈ ਨਾ ਤਾਂ ਠੇਠ ਘਬਰੂ ਸੇ ਬਾਈ ਗਾਡ ਤੱਕ ਕੇਂਦਰ ਕਿਆ ਕੁਝ ਸਿੱਖਾ ਕਿਆ ਕੁਝ ਹਾਸਲ ਕੀਤਾ ਔਰ ਬਹੁਤ ਔਖਾ ਸੀ ਬਹੁਤ ਔਖਾ ਸੀਗਾ ਇਸ ਪਰ ਮੇਰੀ ਲਾਈਫ ਦੇ ਵਿੱਚ ਸਭ ਤੋਂ ਮੁਸ਼ਕਲ ਟਾਈਮ ਇਹ ਸੀ ਠੇਠ ਗੱਭਰੂ ਤੋਂ ਬਾਈਗੌਟ ਤੱਕ ਦਾ ਇਹਦੇ ਵਿੱਚ ਮੈਨੂੰ ਇੰਨਾ ਕੁ ਸਿੱਖਣਾ ਪਿਆ ਇੰਨਾ ਕੁ ਸਿੱਖਿਆ ਇੰਨਾ ਇੰਨੀਆਂ ਫੇਲਿਅਰਸ ਫੇਸ ਕੀਤੀਆਂ ਬਹੁਤ ਕੁਝ ਹੁਣ ਕਿਉਂਕਿ ਅੱਜ ਕੱਲ ਸੋਸ਼ਲ ਨੈਟਵਰਕਿੰਗ ਆ ਹਰ ਬੰਦਾ ਮਤਲਬ ਇੰਡੀਪੈਂਡੈਂਟ ਆ ਕੁਝ ਵੀ ਕਿਸੇ ਨੂੰ ਵੀ ਕੁਝ ਵੀ ਕਹਿ ਸਕਦੇ ਸੋ ਇਹ ਇਹ ਪੀਰੀਅਡ ਨੇ ਮੈਨੂੰ ਬਹੁਤ ਕੁਝ ਸਿਖਾਇਆ ਇਹ ਮੇਰੀ ਲਾਈਫ ਦੇ ਵਿੱਚ ਅੱਗੇ ਬਹੁਤ ਕੰਮ ਆਊਗਾ ਜਦੋਂ ਆਪਾਂ ਦੂਜੀ ਵਾਰ ਇੰਟਰਵਿਊ ਕਰੂੰਗਾ ਫਿਰ ਮੈਂ ਦੱਸੂਗਾ ਤੁਹਾਨੂੰ ਆਈ ਵਿਸ਼ ਜੀ ਐਸਾ ਟਾਈਮ ਵੀ ਆਏ ਜੀ ਬਿਲਕੁਲ ਆ ਤੋ ਜੈਸੇ ਅਭੀ ਆਪਨੇ ਬੋਲਾ ਕਿ ਆਪਕੇ ਜਿਤਨੇ ਵੀ ਸੌਂਗਸ ਹੈ ਨਾ ਬੜੇ ਪਾਰਟੀ ਟਾਈਪ ਰਹੇ ਹੈਂ ਜੀ ਸੈਡ ਸੌਂਗ ਕਿਉਂ ਨਹੀਂ ਰੱਖੀਏ ਸੀ ਮੈਂ ਮੈਂ ਬੜਾ ਮੂਡੀ ਬੰਦਾ ਮੈਂ ਨਾ ਜਦੋਂ ਮੈਂ ਕਦੀ ਵੀ ਐਂ ਫੀਲ ਨਹੀਂ ਕਰਦਾ ਕਿ ਬੰਦੇ ਦਾ ਮੂਡ ਸੈਡ ਆ ਬੰਦਾ ਐਂ ਕਰਕੇ ਬੈਠਾ ਮੈਨੂੰ ਐ ਹੁੰਦਾ ਕਿ ਜੇ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਤੁਸੀਂ ਹਮੇਸ਼ਾ ਗੁੱਡ ਫੀਲ ਕਰਨੇ ਚਾਹੀਦੇ ਤੁਹਾਨੂੰ ਮਿਲ ਕੇ ਵੀ ਹਮੇਸ਼ਾ ਕਿਸੇ ਨੂੰ ਕਿਸੇ ਨੂੰ ਗੁੱਡ ਫੀਲ ਕਰਨਾ ਚਾਹੀਦਾ ਤੇ ਮਿਊਜ਼ਿਕ ਨੂੰ ਮੈਂ ਐਜ਼ ਐਨ ਮੂਡ ਸਵਿੰਗਰ ਮੂਡ ਸਵਿੰਗਰ ਲੈ ਕੇ ਚੱਲਦਾ ਜੇ ਤੁਸੀਂ ਸੈਡ ਫੀਲ ਕਰਦੇ ਆ ਤਾਂ ਤੁਹਾਡਾ ਮੂਡ ਖੁਸ਼ ਹੋ ਜਾਵੇ ਮਿਊਜ਼ ਉਹ ਕੋਈ ਹਰ ਇੱਕ ਦੀ ਲਾਈਫ ਦੇ ਵਿੱਚ ਆਲਰੇਡੀ ਬਹੁਤ ਸਾਰੀਆਂ ਮੁਸ਼ਕਿਲਜ਼ ਹੁੰਦੀਆਂ ਸੋ ਮੈਂ ਇਹ ਸੋਚਦਾ ਨਹੀਂ ਪਰ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ 2 ਤੋਂ 3 ਮਿੰਟ ਦਾ ਗਾਣਾ ਹੀ ਕਿਸੇ ਨੂੰ ਸੁਣ ਕੇ ਆਪਕਾ ਗਾਣਾ ਕੋਈ ਖੁਸ਼ੀ ਦੇ ਜਾਏਗੀ ਹਾਂ ਉਹ ਹਾਂ ਉਹ ਇਸ ਕਰਕੇ ਮੈਂ ਕਿ ਕਿਸੇ ਦਾ ਮੂਡ ਚੇਂਜ ਹੋ ਜੇ ਕਿਸੇ ਕੋਈ ਬੰਦਾ ਖੁਸ਼ ਹੋ ਜੇ ਫਿਲਹਾਲ ਇਹੀ ਪਲਾਨ ਹੈ ਕਿ ਇਦਾਂ ਦੇ ਗਾਣੇ ਕਰਨੇ ਪਰ ਜਦੋਂ ਅੱਗੇ ਹੌਲੀ 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 ਹੋਊਗਾ ਫਿਰ ਵਿਲ ਪਲਾਨ ਕਿ ਇਦਾਂ ਦਾ ਕੁਝ ਕੀਤਾ ਜਾਵੇ ਅੱਛਾ ਇੱਕ ਜੋ ਆਪ ਪੈਕ ਗਾਣੇ ਕਹਿੰਦਾ ਜੋ ਆਪਨੇ ਸਾਰਾ ਪੂਰਾ ਐਕਟ ਕੀਤਾ ਨਾ ਇਤਨਾ ਕਿਊਟ ਥਾ ਇਤਨਾ ਕਿਊਟ ਥਾ ਹੈ ਨਾ ਮਤਲਬ ਕਿਊਟ ਵੀ ਆਪਨੇ ਕਰ ਲਿਆ ਫਿਰ ਜੋ ਸੁੱਖੀ ਕੇ ਸਾਥ ਆਪਨੇ ਸੌਂਗ ਕੋਲੈਬੋਰੇਟ ਕੀਤਾ ਉਸਕੇ ਅੰਦਰ ਮੈਨੇ ਇੱਕ ਸੀਨ ਦੇਖਾ ਜਿਸਕੇ ਅੰਦਰ ਆਪ ਇੱਕ ਫੀਮੇਲ ਜੋ ਪੁਲਿਸ ਆਫੀਸਰ ਉਸਕੋ ਆਖ ਮਾਰ ਰਹੇ ਹੋ ਹੈਨਾ ਤਾਂ ਇੱਕ ਨੌਟੀ ਵਾਲਾ ਕੈਰੈਕਟਰ ਵੀ ਹੋ ਗਿਆ ਹੁਣ ਕੀ ਰਹਿ ਗਿਆ ਹਜੇ ਬਹੁਤ ਕੁਝ ਪਿਆ ਇਹ ਤਾਂ ਕੁਝ ਵੀ ਨਹੀਂ ਹੁੰਦਾ ਇੱਕ 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 ਬੱਚਾ ਸਕੂਲ ਦੇ ਵਿੱਚ ਕੀ ਕੀ ਕਰਦਾ ਕਿੰਨਾ ਕੁਸ਼ ਸ਼ਰਾਰਤਾਂ ਵੀ ਕਰਦਾ ਪੜਦਾ ਵੀ ਹੈ ਉਹਦੀਆਂ ਕੰਪਲੇਨਟਸ ਹੁੰਦੀਆਂ ਨੇ ਹੈਨਾ ਉਹ ਪੁੱਠੇ ਪੰਗੇ ਵੀ ਲੈਂਦਾ ਸਿੱਧੇ ਪੰਗੇ ਵੀ ਲੈਂਦਾ ਉਹਨੂੰ ਐਪਰੀਸ਼ੀਏਸ਼ਨ ਵੀ ਮਿਲਦੀ ਹੈ ਕਿੰਨਾ ਕੁਸ਼ ਕਰਦਾ ਇੱਕ ਆਮ ਬੰਦੇ ਦੀ ਜ਼ਿੰਦਗੀ ਚ ਜਿੰਨੇ ਪੜਾਵ ਜਿੰਨੇ ਚੇਂਜਸ ਆਉਂਦੇ ਨੇ ਉਹ ਸਾਰਾ ਕੁਝ ਕਰਨਾ ਪਾ ਸੋ ਇਹ ਲਿਸਟ ਬਹੁਤ ਲੰਬੀ ਹੈ ਅੱਛਾ आने वाले के अंदर अगर कोई सॉन्ग हो जिसके साथ आप कोलैबोरेट कर रहे हैं किसी के साथ hmm. कोई ऐसा सॉन्ग नहीं हुन नेक्स्ट हल्ले तक कोलैबोरेशन ही सी गया hmm. पैग गाने भी ऑलमोस्ट सारे हा, सी, है, है, भी सी गया कोलैबोरेशन ही सी गया हुन नेक्स्ट सॉन्ग जो कोलैबोरेशन नहीं है किसी के नाल सो इंडिपेंडेंट गाना अच्छा तो इसी के साथ लेते हैं एक छोटी सी ब्रेक मिलते हैं एक छोटे से ब्रेक के बाद एक छोटे से ब्रेक के बाद तो हमारे साथ हैं बीजे रंधावाल जैसे कि आप एक होस्ट रहे है ना और एक सिंगर भी रहे हुँ. तो इसके अंदर आपको सबसे ज्यादा आपको क्या लगता है कि आपको ज्यादा किसने बेनिफिट दिया एक एंकरिंग में या सिंगिंग में मैं इधर सोचता नहीं लाइफ से कभी भी लाइफ में कभी भी ऐसे सोचना भी नहीं चाहिए कि हमें बेनिफिट किस चीज से हो रहा है ਹਮੇਸ਼ਾ ਉਹ ਕੰਮ ਕਰਨਾ ਚਾਹੀਦਾ ਜਿਹਦੇ ਨਾਲ ਤੁਹਾਡੇ ਦਿਲ ਨੂੰ ਖੁਸ਼ੀ ਮਿਲਣੀ ਚਾਹੀਦੀ ਹੈ ਜਿੱਥੋਂ ਤੁਹਾਨੂੰ ਸਕੂਨ ਮਿਲਦਾ ਅੱਛਾ ਸੋ ਕਦੀ ਐ ਨਹੀਂ ਦੇ ਕਦੀ ਆਪਾਂ ਪੇਰੈਂਟਸ ਥੋੜੀ ਬਦਲ ਲਈਦੇ ਆ ਕਿ ਆਪਣੇ ਘਰ ਦੇ ਗਰੀਬ ਹੈ ਜੀ ਦੂਜੇ ਦੇ ਅਮੀਰ ਆ ਉੱਥੇ ਬੈਨੀਫਿਟ ਹੋ ਜਾਣਾ ਜ਼ਿਆਦਾ ਇਦਾਂ ਕਦੀ ਨਹੀਂ ਕਰਦੇ ਸੋ ਕਦੀ ਵੀ ਉਹ ਕੰਮ ਨਹੀਂ ਕਰਨਾ ਚਾਹੀਦਾ ਜਿੱਥੋਂ ਤੁਸੀਂ ਇਹ ਬੈਨੀਫਿਟ ਦੇਖ ਕੇ ਕਦੀ ਨਹੀਂ ਕੰਮ ਕਰਨਾ ਚਾਹੀਦਾ ਸਕੂਨ ਮਿਲਣਾ ਚਾਹੀਦਾ ਕਿਸੇ ਟਾਈਮ ਮੈਨੂੰ ਹੋਸਟ ਕਰਕੇ ਮੈਨੂੰ ਬਹੁਤ ਮਜ਼ਾ ਆਉਂਦਾ ਸੀ ਸਵਾਦ ਆਉਂਦਾ ਸੀ ਹੁਣ ਮੈਨੂੰ ਗਾ ਕੇ ਬਹੁਤ ਸਵਾਦ ਆਉਂਦਾ ਸੋ ਇਹ ਚੇਂਜ ਹੁੰਦਾ ਰਹਿੰਦਾ ਸੋ ਫਿਰ ਵੀ ਇੱਕ ਹੋ लेकिन एक सिंगिंग के अंदर अभी वो नाम कमाना है जितना एंकरिंग में कमाया बिल्कुल ठीक कह रहे हो तू सी क्योंकि एंकरिंग ਦੇ ਵਿੱਚ 450 ਤੋਂ ਉੱਪਰ ਇੰਟਰਵਿਊਸ 3 ਸਾਲ ਤੇ ਇੱਕ ਹਫਤੇ ਦੇ ਵਿੱਚ 7 ਵਾਰੀ ਟੀਵੀ ਤੇ ਆਉਣਾ ਮਤਲਬ ਮਹੀਨੇ ਚ 30 ਦਿਨ ਟੀਵੀ ਤੇ ਮਤਲਬ ਸਾਲ ਚ 365 ਦਿਨ ਟੀਵੀ ਤੇ ਗਾਣਾ ਆਉਣਾ 3 ਮਿੰਟ ਦਾ ਇੱਕ ਦਿਨ ਦੇ ਵਿੱਚ 10 ਵਾਰ ਹੋ ਜਾਊਗਾ ਰਿਪੀਟ ਵੱਧ ਤੋਂ ਵੱਧ ਜਾਂ 10 ਮਤਲਬ ਅੱਧਾ ਘੰਟਾ ਕਿੱਥੇ ਤੁਸੀਂ ਇੱਕ ਹਫਤੇ ਚ 7 ਦਿਨ ਹਰ ਰੋਜ਼ ਇੱਕ ਘੰਟਾ ਆਉਂਦੇ ਹੋ ਕਿੱਥੇ ਤੁਸੀਂ ਇੱਕ ਦਿਨ ਚ ਸਿਰਫ 10 ਕ ਦੇਣ ਲਈ ਆਉਨੇ ਆ। ਸੋ ਡਿਫਰੈਂਸ ਆ ਨਾ ਬਹੁਤ ਜ਼ਿਆਦਾ। ਉਹ 3 ਸਾਲ ਆਉਂਦਾਂ ਨੇ। ਇਹਨੂੰ ਹੱਲੇ ਮੇਰੇ 3 ਗਾਣੇ ਆ, 3-4 ਗਾਣੇ ਆ ਹਨਾ। ਸੋ ਇਹਨੂੰ ਕਵਰ ਕਰਨ ਲਈ ਜ਼ਿਆਦਾ ਟਾਈਮ ਨਹੀਂ ਲੱਗਣਾ। ਮਨ ਲਓ ਵਾਤਵਾ 2 ਮਹੀਨੇ ਜਾਂ ਇੱਕ ਗਾਣਾ ਹੋਰ ਲੱਗੂਗਾ ਪਰ ਇਹ ਹੋ ਜਾਣਾ। ਆਪਨੇ ਇਤਨੇ ਸਾਰੇ ਇੰਟਰਵਿਊਜ਼ ਕੀਏ। ਸਭ ਤੋਂ ਜ਼ਿਆਦਾ ਅੱਛਾ ਇੰਟਰਵਿਊ ਕਿਸਕਾ ਆਪਕੋ ਲਗਾ? ਇਹ ਬੜਾ ਕੰਫਿਊਜ਼ਿੰਗ ਆ। ਮੈਨੂੰ ਬਹੁਤ ਸਾਰੇ ਇਦਾਂ ਪੁੱਛਦੇ ਕਿ ਸਭ ਤੋਂ ਸਭ ਤੋਂ ਵਧੀਆ ਕਿਹੜਾ ਰਿਹਾ? ਹੁਣ ਸਭ ਤੋਂ ਵਧੀਆ ਕੀ ਵਧੀਆ ਰਿਹਾ? ਕਿ ਮੈਂ ਵਧੀਆ ਸੀ ਜਾਂ ਆਰਟਿਸਟ ਵਧੀਆ ਸੀ? ਦੋ ਮੈਨੂੰ ਮੈਨੂੰ ਫੇਵਰਿਟ ਇਦਾਂ ਨਹੀਂ ਹੁੰਦਾ ਕਿ ਜਿਸ ਦਾ ਨਾਮ ਬਹੁਤ ਵੱਡਾ ਹੋਵੇ ਜਿਸ ਤੋਂ ਸਿੱਖਣ ਲਈ ਸਭ ਤੋਂ ਜ਼ਿਆਦਾ ਮਿਲੇ ਮੈਨੂੰ ਉਹ ਬੰਦਾ ਵਧੀਆ ਲੱਗਦਾ ਮੈਨੂੰ ਸੁਮਨ ਖਾਨ ਜੀ ਬਹੁਤ ਵਧੀਆ ਲੱਗੇ ਸੀ ਮੈਂ ਉਹਨਾਂ ਨਾਲ ਇੰਟਰਵਿਊ ਕੀਤਾ ਮੈਨੂੰ ਬਹੁਤ ਵਧੀਆ ਲੱਗਿਆ ਮੈਨੂੰ ਇਦਾਂ ਫੀਲ ਹੀ ਨਹੀਂ ਹੋਇਆ ਕਿ ਸੁਮਨ ਖਾਨ ਜੀ ਨੇ ਮੇਰੇ ਨਾਲ ਬੈਠੇ ਹੋਏ ਸੋ ਉਹ ਸਭ ਤੋਂ ਵਧੀਆ ਲੱਗਿਆ ਸੀ ਕਿਹਦਾ ਫੀਲ ਹੁੰਦਾ ਹੈ ਜਦੋਂ ਆਪ ਕਪੂਰਥਲਾ ਸੇ ਹੈ ਨਾ ਬਿਲੋਂਗ ਕਰਤੇ ਹੈ ਇੰਨੇ ਉੱਪਰ ਤੱਕ ਗਏ ਔਰ ਅੱਜ ਆਪਕੋ ਬਾਲੀਵੁੱਡ ਮੇਂ ਹਰ ਕੋਈ ਜਾਣਤਾ ਹੈ ਔਰ ਆਪਕੋ ਸਪੋਰਟ ਕਰਤਾ ਹੈ ਕੈਸੀ ਫੀਲਿੰਗ ਹੈ ਫੀਲਿੰਗ ਵਧੀਆ ਫੀਲਿੰਗ ਹੈ ਇਹ 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 ਤੁਹਾਨੂੰ ਮੋਟੀਵੇਟ ਕਰਦੀ ਹੈ ਕਿ ਜੇ ਤੁਸੀਂ ਇਸ ਮੁਕਾਮ ਤੇ ਤੁਸੀਂ ਤੁਹਾਨੂੰ ਸਪੋਰਟ ਕਰਦੇ ਆ ਤੁਹਾਨੂੰ ਹੋਰ ਕਿੰਨੀ ਮਿਹਨਤ ਕਰਨੀ ਚਾਹੀਦੀ ਆ ਤਾਂ ਕਿ ਜਿਨ੍ਹਾਂ ਨੇ ਸਪੋਰਟ ਕੀਤਾ ਦੇ ਆਲਸੋ ਫੀਲ ਪ੍ਰਾਊਡ ਕਿ ਅਸੀਂ ਇਹਨੂੰ ਸਪੋਰਟ ਕੀਤਾ ਸੀ ਉਹ ਸਾਡੀ ਵਰਥ ਸੀ ਸੋ ਉਹਨਾਂ ਦੀ ਵਰਥ ਬਣਾਉਣ ਲਈ ਇਸ ਤੋਂ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਹੋਰ ਮਿਹਨਤ ਕਰੂੰਗਾ ਐਂਡ ਮਤਲਬ ਇੱਕ ਦਿਨ ਉਹ ਕਹਿਣਗੇ ਕਿ ਜਿੱਦਾਂ ਹੁਣ ਆਲਿਆ ਜੀ ਨੇ ਇਸ ਗੱਲ ਲਈ ਪ੍ਰੋਮੋਸ਼ਨ ਕੀਤੀ ਸੀ ਇੱਕ ਦਿਨ ਉਹ ਕਹਿਣਗੇ ਕਿ ਹਾਂ ਸਾਡੀ ਜਿਹੜੀ ਸਪੋਰਟ ਸੀ ਉਹ ਵਰਥ ਨਹੀਂ ਗਈ ਵਰਥ ਗਈ ਬਿਲਕੁਲ ਬਿਲਕੁਲ जैसे कि आप एमटीवी स्टंट मैनिया से स्ट्रगल करते आ रहे हैं वहां से कभी यहाँ तक आने में सोचा था कि कभी ऐसा भी दिन आएगा कि कोई मेरा इंटरव्यू लेगा हाँ, हां जदों एमटीवी तो बाद मैं ये थोड़ी सोच ऐसी मैं इंटरव्यूज करनी है मैं था यही अच्छा, कि अच्छा, तो यही सोचा सी मेरी इंटरव्यूज होणगी अच्छा हाँ तो तो मैं ਫੇਰ ਇਹ ਸੋਚਿਆ ਕਿ ਅਸੀਂ ਆਪ ਕਰਦੇ ਹਾਂ ਕੁਝ ਜਦੋਂ ਤੁਸੀਂ ਆਪ ਸੋਚ ਲੈਂਦੇ ਕਿ ਅਸੀਂ ਆਪ ਕਰਦੇ ਹਾਂ ਫਿਰ ਦੇਖੀ ਜਾਊਗੀ ਫਿਰ ਅਸੀਂ ਸ਼ੋਅ ਸ਼ੁਰੂ ਕੀਤਾ ਉਸ ਸ਼ੋਅ ਤੋਂ ਟਚਨ ਵਾਲਾ ਸ਼ੋਅ ਮਿਲਿਆ ਐਂਡ ਮੈਂ ਇਦਾਂ ਦਾ ਇਨਸਾਨ ਸੀ ਮੈਨੂੰ ਕੋਈ ਮਾਈਕ ਤੇ ਨਾਮ ਵੀ ਪੁੱਛ ਲੈਂਦਾ ਸੀ ਤੇ ਮੇਰੇ ਲਿਪਸ ਕੰਮਣ ਲੱਗ ਜਾਂਦੇ ਸੀ ਹਾਂ ਹਾਂ ਆ ਬਸ ਲਾਈਕ ਜੀ ਰਿੰਕਿੰਗ ਮੈਨੂੰ ਯਾਰ ਮੇਰਾ ਨਾਮ ਪੁੱਛ ਲਿਆ ਮੇਰੇ ਕੋ ਨਾਮ ਵੀ ਨਹੀਂ ਸਹੀ ਬੋਲੇ ਜਾਂਦਾ ਸੀ ਮੈਂ ਇਦਾਂ ਦਾ ਸੀ ਫਿਰ ਤੁਸੀਂ ਸੋਚੋਗੇ ਕਿ ਕਿੰਨਾ ਲੋਕਾਂ ਨੇ ਹਰਾਸ ਕੀਤਾ ਹੋਊਗਾ ਕਿ ਮੈਨੂੰ ਐ ਲੱਗਾ ਕਿ ਯਾਰ ਮੈਂ ਆਪ ਕਰ ਲੂੰਗਾ ਕੋਈ ਚੱਕਰ ਨਹੀਂ ਸੋ ਉਹ ਉੱਥੋਂ ਇਹ ਸਟਾਰਟ ਹੋਇਆ ਸੀ ਅੱਛਾ ਇੱਕ ਨਰਵ ਇੰਟਰਵਿਊ ਲੈਣੇ ਮੇ ਜ਼ਿਆਦਾ ਹੁੰਦੀ ਹੈ ਜਾਂ ਅਬ ਆਪ ਇੰਟਰਵਿਊ ਦੇ ਰਹੇ ਹੋ ਤਾਂ ਆਪਕੋ ਜ਼ਿਆਦਾ ਹੈ ਕਿਉਂਕਿ ਆਪ ਦੋਨੋ ਜਗ੍ਹਾ ਤੇ ਬੈਠੇ ਹੋ ਅ ਜਦੋਂ ਜਦੋਂ ਤੁਹਾਡੇ ਤੇ ਜ਼ਿੰਮੇਵਾਰੀ ਹੁੰਦੀ ਹੈ ਨਾ ਉਦੋਂ ਨਰਵਸਨੈਸ ਦੀ ਸਟਾਰਟਿੰਗ ਜੀ ਫੀਲ ਹੁੰਦੀ ਤੋ ਇੰਟਰਵਿਊ ਲੈਣ ਵਾਲੇ ਨੂੰ ਜ਼ਿਆਦਾ ਹੁੰਦੀ ਦੇਣ ਵਾਲੇ ਨੂੰ ਦੇਣਾ ਤੁਸੀਂ ਪੁੱਛਣਾ ਮੈਂ ਜਵਾਬ ਦੇ ਦੇਣਾ ਮੇਰੀ ਮਰਜ਼ੀ ਹੈ ਮੈਂ 10 ਲਾਈਨਾਂ ਚ ਦਵਾਂ ਮੈਂ ਦੋ ਲਫ਼ਜ਼ਾਂ ਚ ਦਵਾਂ ਪਰ ਤੁਹਾਨੂੰ ਸਵਾਲ ਉਹੀ ਪੁੱਛਣਾ ਪੈਣਾ ਜਿਹੜਾ ਤੁਸੀਂ ਸੋਚਿਆ ਮੇਰਾ ਜਵਾਬ ਚੇਂਜ ਹੋ ਸਕਦਾ ਪਰ ਤੁਹਾਡਾ ਸਵਾਲ ਨਹੀਂ ਚੇਂਜ ਹੋ ਸਕਦਾ ਸੋ ਉਸ ਇੱਕ ਚੀਜ਼ ਤੇ ਸਟਿਕ ਕਰਨਾ ਔਖਾ ਹੁੰਦਾ जो तुम तो एक चीज स्टिक कर दे सो so, मेनू लगता कि लेना ओदे से ज्यादा नहीं अच्छा, समें अच्छा। समें। जब आपने एमटीवी स्टंट मेनिया किया तो तब आपने आपको पता था कि आपने इंटरव्यू देने हैं जी तो अब आप अगले अगर आप 7-8 सालों के अंदर आप अपने आप को कहां देखते हो मैं बॉलीवुड से देखता अपने आप को वाओ ਔਰ ਉਸਕੇ ਲਈ ਆਪ ਕਲਾਸਿਸ ਵੀ ਲੈ ਰਹੇ ਆਂ ਪ੍ਰੈਕਟਿਸ ਨਹੀਂ ਮੈਂ ਜਦੋਂ ਜਦੋਂ ਸਟੈਂਡ ਮੀਨਿੰਗ ਆਇਆ ਸੀ ਮੈਂ ਉਸ ਤੋਂ ਬਾਅਦ ਬੰਬਈ ਚਲਾ ਗਿਆ ਸੀ 1.5 ਸਾਲ ਮੈਂ ਉੱਥੇ ਵੀ ਬਹੁਤ ਸਟਰਗਲ ਕੀਤਾ ਮੈਂ ਉੱਥੇ ਕੀਤਾ ਫਿਰ ਮੈਂ ਉੱਥੋਂ ਵਾਪਸ ਆਇਆ ਸੀ ਕਿ ਮੈਂ ਕਿਹਾ ਕਿ ਪਹਿਲਾਂ ਜਿੱਥੇ ਤੁਸੀਂ ਬਿਲੋਂਗ ਕਰਦੇ ਆਂ ਪਹਿਲਾਂ ਤੁਸੀਂ ਉੱਥੇ ਤਾਂ ਕੁਝ ਕਰੋ ਫਿਰ ਹੀ ਤੁਸੀਂ ਇੱਧਰ ਆਉਂਗੇ ਸੋ ਉਦੋਂ ਦਾ ਹੀ ਚੱਲਦਾ ਪਿਆ ਇਹ ਕੰਮ ਇਹ ਤੁਸੀਂ ਹੌਲੀ 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 ਦੇਖ ਹੀ ਆਉਗੇ ਬਹੁਤ ਸਾਰਾ ਸਰਪ੍ਰਾਈਜ਼ ਇਸ ਸਾਲ ਦੇ ਵਿੱਚ ਪਲਾਨਡ ਹੈ ਅੱਛਾ बॉलीवुड में भी आने के मतलब पूरे है ना जी, जी, है जी, है जी. तो चलो इसी के साथ अब एक गेम्स खेलते हैं ना बहुत सारे क्वेश्चंस वगैरह तो जैसे कि मैं आपसे कोई क्वेश्चन पुट करूंगी अगर आपका आंसर हाँ है तो आप आई हाँ अगर ना है तो कभी ऐसा कुछ हुआ है की ऐसी एक मूवी हो जो आपको समझना आई और उसको दो बार देखना पड़ा हो समझने के लिए कौन सी मूवी थी ਕਿੰਨੀਆਂ ਮੂਵੀਜ਼ ਨੇ ਇਦਾਂ ਦੀ ਇੰਗਲਿਸ਼ ਮੈਂ ਕਹਾਂ ਯਾਰ ਆਹ ਕੀ ਹੋਗਾ ਇਹ ਕਿਦਮ ਹੋ ਗਈ ਇੱਕ ਨਾ ਫਿਲਮ ਸੀਗੀ ਮੈਨੂੰ ਤਾਂ ਨਾਮ ਵੀ ਭੁੱਲ ਗਿਆ ਬਿਜ਼ਨਸ ਤੇ ਸੀਗੀ ਉਹ ਬਹੁਤ ਜਲਦੀ ਸੀ ਫਿਲਮ ਹਾਂ ਹਾਂ ਮੈਂ ਨਾਮ ਭੁੱਲ ਗਿਆ ਉਹ ਮੈਂ ਕਹਾਂ ਸਮਝ ਨਹੀਂ ਆਈ ਮੈਨੂੰ ਕੀ ਚੱਕਰ ਸੀਗਾ ਤੇ ਉਹਨੂੰ ਮੈਂ ਦੋ ਵਾਰੀ ਦੇਖਿਆ ਸੀ ਹੋਰ ਵੀ ਕਿੰਨੀਆਂ ਮੂਵੀਜ਼ ਹੁੰਦੀਆਂ ਨੇ ਇੰਗਲਿਸ਼ ਦੀ ਕਿੰਨੀਆਂ ਮੂਵੀਜ਼ ਇਦਾਂ ਦੀਆਂ ਸੀਗੀਆਂ ਜਿਹੜੀ ਮੈਨੂੰ ਸਟੋਰੀ ਨਹੀਂ ਸਮਝ ਆਈ ਮੈਂ ਕਹਾਂ ਯਾਰ ਗਲਤ ਪਤਾ ਨਹੀਂ ਲੱਗੀ ਕੀ ਬਣਿਆ ਦੁਬਾਰਾ ਵੇਖੋ ਫਿਰ ਉਹ ਦੋ ਤਿੰਨ ਦਿਨ ਛੱਡ ਕੇ ਫਿਰ ਦੇਖੀ ਸੀ ਅੱਛਾ ਗੇਟ ਕ੍ਰੈਸ਼ ਕੀਤਾ ਕਦੇ ਕਿਸੇ ਮੈਰਿਜ ਮੈਂ ਗੇਟ Never. कभी नहीं किया नो no. कुछ खाने के लिए भी नहीं no. सुंदर no. लड़कियां देखने के लिए भी नहीं no. बड़े बोरिंग हो आप चीजें अच्छा कभी ऐसा हुआ कि एक ही दिन में दो लड़कियों के साथ डेट पे गए एक दिन में एक दिन में दो लड़कियों के साथ डेट नहीं कभी नहीं किया मैं मैं बता दिया ये बहुत बोरिंग है सर <laughs> <फिलागे laughs> ਅੱਛਾ ਮਤਲਬ ਜਿਹੜਾ ਇੱਕ ਇੱਕ ਦਿਨ ਚ ਦੋ ਕੁੜੀਆਂ ਨਾਲ ਡੇਟ ਦੇਣਾ ਇੰਟਰਸਟਿੰਗ ਹੁੰਦਾ ਹੈ ਹਾਂ ਤੇ ਆਪਨੇ ਤਾਂ ਜ਼ਿੰਦਗੀ ਕੇ ਮਜ਼ੇ ਹੀ ਨਹੀਂ ਲਏ ਇਹ ਨਹੀਂ ਮਜ਼ੇ ਹੁੰਦੇ ਅੱਛਾ ਤੋ ਨੈਕਸਟ ਕੁਐਸਚਨ ਕਦੀ ਐਸਾ ਹੋਇਆ ਹੈ ਕਿ ਕਿਸੇ ਜਰਨਲਿਸਟ ਸੇ ਝੂਠ ਬੋਲਣਾ ਪੜਾ ਹੋ ਜਰਨਲਿਸਟ ਬਹੁਤ ਵਾਰੀ ਮਤਲਬ ਇਦਾਂ ਹੁੰਦਾ ਹੈ ਤੁਸੀਂ ਕਈ ਵਾਰੀ ਤੁਹਾਨੂੰ ਕੋਈ ਗੱਲ ਦਾ ਜਿੱਦਾਂ ਹੁਣ ਸਪੋਜ਼ ਤੁਹਾਨੂੰ ਕੀ ਪਤਾ ਮੈਂ ਕਿਹੜੇ ਮੂਡ ਚ ਇੱਥੇ ਆ ਹਾਂ ਇਹਨਾਂ ਨੂੰ ਤੁਸੀਂ ਕਹੋ ਜੀ ਕਿਵੇਂ ਹੋ ਮੈਂ ਜੀ ਠੀਕ ਆ ਬੋਲੇ ਮੈਂ ਤੁਹਾਨੂੰ ਝੂਠੀ ਆ ਫਿਰ ਸੋ ਇਦਾਂ ਇਹਦਾ ਇਹਦਾ ਹੁੰਦਾ। ਸਾ ਮੇਰੇ ਇੰਟਰਵਿਊ ਕੇੰਦਾ ਕਿੰਨਾ ਝੂਠ ਬੋਲਾ ਆਪਨੇ? 1% ਵੀ ਨਹੀਂ। ਵਾਓ! ਮੇਰੀ ਗੁੱਡ ਲੱਕ। ਨਹੀਂ ਇਹ ਗੱਲ ਆਪਣੀ ਲਾਈਫ ਬਾਰੇ ਥੋੜੀ ਝੂਠ ਬੋਲਦਾ ਹੁੰਦਾ ਬੰਦਾ। ਅੱਛਾ। ਅੱਛਾ। ਕਦੇ ਐਸਾ ਹੁਆ ਕਿ ਕਿਸੇ ਸਕੂਲ ਟੀਚਰ ਤੇ ਕ੍ਰਸ਼ ਹੋ? ਹਾਂ, ਕਿਉਂ ਨਹੀਂ? ਸਾਰਿਆਂ ਦੇ ਹੁੰਦਾ। ਤੁਸੀਂ ਦੇਖਣ ਵਾਲਿਆਂ ਦੇ ਵੀ ਥੋੜਾ ਵੀ ਹੁੰਦਾ ਹੋਊਗਾ। ਨਹੀਂ, ਥੋੜਾ ਵੀ ਪਤਾ ਨਹੀਂ। ਹੁੰਦਾ ਸਾਡੇ ਫਾਇਲ ਮੈਮ ਹੁੰਦੇ ਸੀ ਇੱਕ। ਅੱਛਾ। 6th ਕਲਾਸ ਮੈਂ ਬਹੁਤ ਛੋਟਾ ਸੀ। ਅੱਛਾ। ਤੇ ਉਹ ਮੈਨੂੰ ਬੜੇ ਸੋਹਣੇ ਲੱਗਦੇ ਸੀ। ਮੈਂ ਕਹਾਂ ਜੀ ਮੈਮ ਤੁਸੀਂ ਮੈਂ ਕਹਿ ਵੀ ਦ वो कहते थे थैंक यू फिर 8th हाँ। क्लास च उन्होंने दा ब्याह हो गया फिर मैं स्कूल चेंज कर लिया अच्छा कभी ऐसा हुआ कि स्कूल या कॉलेज बंक किया हो मूवी देखने के लिए ऑब्वियसली मैं करवाए लोगों ने बहुत अच्छा हां मैं मूवीज ली भी करवाए डेट पे जान ली भी करवाए तुझे कहने इंटरेस्टिंग नहीं दोस्तों डेट अब मैं झूठ पकड़ा गया नहीं मैं आप नहीं डेट पे जान ली करवाए डेट पे जान <laughs> ली करवाए हां एक बहुत कंट्रोवर्सी क्वेश्चन ते करवाए ਕਿਉਂਕਿ ਹੌਸਲਾ ਚਾਹੀਦਾ ਹੁੰਦਾ ਬੰਦੇ ਨੂੰ ਹਨਾ ਕਿਸੇ ਦੀ ਕਿਸੇ ਨੇ ਆਪਣੀ ਗਰਲਫ੍ਰੈਂਡ ਨੂੰ ਡੇਟ ਤੇ ਲੈ ਕੇ ਜਾਣਾ ਤਾਂ ਉਹਨੂੰ ਸਕੂਲ ਤੋਂ ਬੰਕ ਕਰਾਉਣਾ ਉਹਨੂੰ ਲੈ ਕੇ ਜਾਣਾ ਮੈਂ ਕਹਿੰਦਾ ਟੈਨਸ਼ਨ ਨਾ ਲੈ ਹਨਾ ਇਦਾਂ ਬਹੁਤ ਕਰਾਇਆ ਤੇ ਮੂਵੀ ਲਈ ਵੀ ਉਦਾਂ ਵੀ ਮੇਰਾ ਉਵੇਂ ਜੀ ਕਰ ਪੈਂਦਾ ਹੁੰਦਾ ਸੀ ਜਦੋਂ ਮੈਂ ਰਾਈਡਿੰਗ ਕਰਦਾ ਸੀ ਜਾਂ ਮਾਰਸ਼ਲ ਆਰਟਸ ਕਰਦਾ ਸੀ ਮੈਂ ਸਕੂਲ ਟਿਊਸ਼ਨ ਸਭ ਬੰਕ ਕਰਦਾ ਹੀ ਰਹਿੰਦਾ ਸੀ ਅੱਛਾ ਕਦੇ ਐਸਾ ਹੋਇਆ ਕਿ ਪਹਿਲੀ ਵਾਰ ਕਿਸੇ ਨੂੰ ਦੇਖਾ ਔਰ ਕਿ ਬਸ ਦਿਲ ਹਾਰ ਗਿਆ ਉਹ ਮੂ ਮੈਡਮ ਹੀ ਥੇ ਬਸ ਬਸ ਮੈਡਮ ਹੀ ਥੇ ਹਾਂ ਮੈਂ ਅਬ ਸਟੈਂਪ ਲਗਾ ਦਿਆ ਬਹੁਤ ਬੋਰਿੰਗ ਹੋ ਗਿਆ ਅੱਛਾ ਕبھی ਐਸਾ ਹੋਇਆ ਕਿ ਕਿਸੇ ਨੇ ਬਹੁਤ ਜ਼ਿਆਦਾ ਬੁਲੀ ਕੀਤਾ ਹੋ ਔਰ ਆਪ ਉਸਕੇ ਬਾਅਦ ਇੱਕਦਮ ਚੇਂਜ ਹੋ ਗਏ ਹੋ ਨਹੀਂ ਇਦਾਂ ਦਾ ਕੁਝ ਨਹੀਂ ਮੈਂ ਆਪ ਹੀ ਬਹੁਤ ਇਦਾਂ ਦਾ ਜੋਲੀ ਨੇਚਰ ਦਾ ਮੈਨੂੰ ਕੋਈ ਇਦਾਂ ਨਹੀਂ ਕਰਦਾ ਕੋਈ ਕੋਈ ਬੋਲਦਾ ਹੀ ਨਹੀਂ ਇਦਾਂ ਦਾ ਮਤਲਬ ਇੱਕ ਦੋ ਮਿੰਟ ਲਈ ਇਦਾਂ ਹੋਗਾ ਬਸ ਅੱਛਾ ਕਦੇ ਐਸਾ ਹੋਇਆ ਕਿ ਇਸਕਾ ਇੰਟਰਵਿਊ ਲੈ ਰਹੇ ਹੋ ਔਰ ਬਹੁਤ ਜ਼ਿਆਦਾ ਬੋਰ ਹੋ ਗਏ ਹੋ ਕਿ ਕਿਉਂ ਲੈ ਰਹਾ ਇੰਟਰਵਿਊ ਲੇਤੇ ਲੇਤੇ ਹਾਂ ਹਾਂ ਬਹੁਤ ਸਾਰੇ ਕਿਉਂਕਿ ਆਰਟਿਸਟ ਡਿਪੈਂਡ ਕਰਦਾ ਤੁਸੀਂ ਕਿਦਾਂ ਦੀ ਨੇਚਰ ਦੇ ਹੋ ਆਪਾਂ ਹਮੇਸ਼ਾ ਪੋਰਟਰੇ ਕਰਦੇ ਹਾਂ ਜੋ ਇਮੇਜ ਸਕਰੀਨ ਤੇ ਦਿਖਦੀ ਹੈ ਉਹ ਰੀਅਲ ਲਾਈਫ ਚ ਬੰਦਾ ਕਈ ਵਾਰ

ਮੋੜ ਦੇ ਕੋਈ ਐਸੇ ਬੋਲ ਰਹਾ ਕਿ ਭਾਈ ਤੂੰ ਕਿਉਂ ਪੁੱਛ ਰਹਾ ਹੈ ਬਸ 5 ਮਿੰਟ ਬਹਿ ਜਾ ਮੇਰੇ ਨਾਲ ਓਕੇ ਹੈਗਾ ਅੱਛਾ ਕਦੇ ਐਸਾ ਹੋ ਕਿ ਕਿਸੇ ਦੇ ਨਾਲ ਸੋਸ਼ਲ ਮੀਡੀਆ 'ਪਰ ਫਲਰਟ ਕੀਤਾ ਹਾਂ ਅੱਜ ਵੀ ਕਰਦੇ ਹੋ ਫੇਕ ਨਹੀਂ ਹੋਂ ਫੇਕ ਬਣ ਕੇ ਜਿੱਦਾਂ ਉਹ ਇਦਾਂ ਨਹੀਂ ਮਤਲਬ ਇਹ ਨਹੀਂ ਕਿ ਮੈਂ ਕੁੜੀ ਬਣ ਕੇ ਕਰਦਾ ਮਤਲਬ ਫੇਸਬੁੱਕ 'ਤੇ ਜੋ ਪ੍ਰਿਆ ਪ੍ਰਿਆ ਨਾਮ ਕੀ ਫਾਈਕ ਲਿਖੀ ਨਹੀ ਮੈਂ ਉਹੀ ਗੱਲ ਨਾਲ ਹੀ ਕਹੀ ਮੈਂ ਕਿ ਕੁੜੀ ਬਣ ਕੇ ਨਹੀਂ ਜਿੱਦਾਂ ਜਿੱਦਾਂ ਇੱਕ ਦੋਸਤ ਆ ਉਹਨੇ ਆਪਣੀ ਗਰਲਫ੍ਰੈਂਡ ਨੂੰ ਮੈਸੇਜ ਕਰਨਾ ਨੂੰ ਸਮਝ ਨਹੀਂ ਲੱਗ ਰਿਹਾ ਉਹ ਮੈਨੂੰ ਕਹਿੰਦਾ ਯਾਰ ਮਾੜੀ ਹੈਲਪ ਕਰ ਦੇ ਸੋ ਉਹਦਾ ਮਤਲਬ ਹੁਣ ਉਹਨੂੰ ਥੋੜ

ਨਹੀਂ ਹੁਣ ਹੀ ਬਾਅਦ ਚ ਬਣਿਆ ਸੁਪਰ ਹੀਰੋ ਫੇਵਰਿਟ ਛੋਟੇ ਹੁੰਦੇ ਤੇ ਤੋੜਦੇ ਹੀ ਸੀ ਗੱਡੀਆਂ ਗੁੱਡੀਆਂ ਉਹ ਜੋ ਛੋਟੀ ਗੱਡੀ ਆਈ ਉਹਨੂੰ ਖੋਲ ਕੇ ਦੇਖਣਾ ਵਿੱਚ ਕੀ ਹੈ ਅੱਛਾ ਗਰਮੀਆਂੋ ਕੀ ਸਭ ਤੋਂ ਜ਼ਿਆਦਾ ਐਸੀ ਚੀਜ਼ ਜੋ ਆਪਕੋ ਬਹੁਤ ਜ਼ਿਆਦਾ ਪਸੰਦ ਹੈ ਪਸੰਦ ਹੈ ਪਸੰਦ ਤੁਸੀਂ ਤੁਸੀਂ ਕੈਪਰੀਜ਼ ਪਾ ਸਕਦੇ ਹੋ ਤੁਸੀਂ ਆਪਣੀ ਮਰਜ਼ੀ ਦੇ ਕੱਪੜੇ ਪਾ ਸਕਦੇ ਹੋ ਇਦਾਂ ਦਾ ਪਰ ਬੁਰੀ ਗੱਲ ਇਹ ਹੈ ਕਿ ਸਵੇਟਿੰਗ ਹੁੰਦੀ ਰਹਿੰਦੀ ਹੈ ਜਦੋਂ ਬਾਹਰ ਰਹਿੰਦੇ ਹਾਂ ਹਾਂ ਅਗਰ ਆਪਕੀ ਲਾਈਫ ਪਰ ਇੱਕ ਮੂਵੀ ਬਣੇ ਤਾਂ ਉਸਕੋ ਜਾਨਰ ਕੀ ਰਹੇਗਾ फनी होगा उसका जो ना किसी को पता चल जाएगा ना कि मैंने क्या क्या कारनामे किए जिंदगी में पागल हो जाएगा सच के अच्छा अगर आप एक आइसक्रीम फ्लेवर होते तो वो कौन सा फ्लेवर होता फ्लेवर चॉकलेट वनीला तो स्ट्रॉबेरी मिक्स करके बनता हो ले हां <laughs> अच्छा आपके लिए स्पेशल हम लोग ऑब्वियसली <laughs> तुसी तो पूछा केड़ा हुंदे ए थोड़ी कि मैं एक ही चूज करूंगा तिनना नु बना के हां जदा अच्छा। संडे आइसक्रीम बनदे ना कितने फ्लेवर पा के एक बनदा हां 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 ये तो मैं भूल गई थी <laughs> हाँ। अच्छा फेवरेट कार्टून टॉम एंड जेरी टॉम एंड जेरी हां स्टैंड बंदे बढ़िया लादे मेनू ओ शैतानियां करद रेंदा है ना छोटे वाला जेड़ा छोटा पसंद सी अच्छा अगर आप वर्ल्ड में कहीं पर भी रह सको तो वो कौन सी जगह होगी स्पेन अच्छा उसके बाद ऐसी कोई चीज जो आपको बहुत ज्यादा बहुत ज्यादा डिस्टर्ब करती है आपको बिल्कुल पसंद नहीं है डिस्टर्ब करती है हां मेरे को डिस्टर्ब करती जब कोई टैलेंटेड बंदा आगे नहीं आ पाता पीछे रह जांदा कोई टैलेंटेड हुंदा ਤਾਂ ਉਹ ਚਾਹੇ ਉਹ ਮਿਹਨਤ ਨਹੀਂ ਕਰ ਰਿਹਾ ਜੋ ਵੀ ਜੋ ਵੀ ਰੀਜ਼ਨ ਹੋਵੇ ਵਾਟਐਵਰ ਇਜ਼ ਦ ਰੀਜ਼ਨ ਚਾਹੇ ਉਹ ਕੋਲ ਪੈਸੇ ਨਹੀਂ ਹੈ ਜਦੋਂ ਉਹ ਅੱਗੇ ਨਹੀਂ ਆਉਂਦਾ ਉਹ ਡਿਸਟਰਬ ਕਰਦੀ ਜਦੋਂ ਬਹੁਤ ਟੈਲੈਂਟਡ ਬੰਦੇ ਪਿੱਛੇ ਰਹਿ ਜਾਂਦੇ ਨੇ ਉਹ ਉਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਅੱਛਾ ਥੈਂਕ ਯੂ ਸੋ ਮੱਚ ਜੀ ਹਮੇ ਆ

तो उसके लिए आपको ना तो पैसा रोकेगा ना किसी की सपोर्ट होनी चाहिए तभी आप आगे जा सकते हो ऐसा कुछ नहीं है अगर आपको अपने पेरेंट्स पे भरोसा है उनकी रिस्पेक्ट करते हो और भगवान पे भरोसा है तो आपको कोई भी मंजिल आप अचीव कर सकते हो आपको कोई रोक नहीं सकता इसी के साथ लूंगी मैं आप सभी से विदा मिलेंगे अगले एपिसोड में टिल देन स्टे हैप्पी एंड स्टे इन स्वैग